ਜਦੋਂ ਸਾਦਾ ਜੀਵਨ ਸੀਗਾ, ਆਪੇ ਲੋਕਾਂ ਨਾਲ ਪਿਆਰ ਮੁਹੱਬਤ ਹੁੰਦਾ ਸੀਗਾ, ਇੱਕ ਦੂਜੇ ਨਾਲ ਚੰਗੇ ਵਿਚਰਦੇ ਸੀਗੇ, ਜਿਹੜਾ ਕਿ ਅੱਜ ਦੇ ਸਮੇਂ 'ਚ ਬਿਲਕੁਲ ਖਤਮ ਹੋ ਗਿਆ। ਅੱਜ ਕੱਲ੍ਹ ਨਾ ਕਿਸੇ ਦਾ ਕੋਈ ਮਾਣ ਸਤਿਕਾਰ ਰਿਹਾ, ਨਾ ਕੋਈ ਇੱਜ਼ਤ ਰਹੀ ਹੈ, ਨਾ ਕਿਸੇ ਨਾਲ ਕੋਈ ਪਿਆਰ ਰਿਹਾ। ਮੈਂ ਕੈਪਟਨ ਸ਼ੇਰ ਸਿੰਘ, ਪਾਕਿਸਤਾਨ 'ਚੋਂ 1947 'ਚ ਅਸੀਂ ਆਏ ਹਾਂ। ਪਾਕਿਸਤਾਨ 'ਚ ਸਾਡੇ ਪਿੰਡ ਦਾ ਨਾਂ ਨਵਾਂ ਪਿੰਡ ਸੀਗਾ। ਨਵੇਂ ਪਿੰਡ ਦੇ ਵਿੱਚ ਸਿਰਫ ਸਾਡਾ ਹੀ ਇੱਕ ਪਰਿਵਾਰ ਸੀਗਾ ਜਿਹੜਾ ਮਾਲਕ ਸੀਗਾ ਉੱਥੇ, ਬਾਕੀ ਆਬਾਦੀ ਕੁਛ ਗੁੱਜਰ ਮੁਸਲਮਾਨ ਸੀਗੇ, ਕੁਛ ਆਰੀਆ ਬਰਾਦਰੀ ਦੇ ਸੀਗੇ, ਕੁਛ ਬ੍ਰਾਹਮਣ ਕਾਸਟ ਦੇ ਸੀਗੇ, ਅਤੇ ਮਾਲਕ ਜਿਹੜੇ ਉਹ ਅਸੀਂ ਸੀਗੇ। ਸਾਡਾ ਰਕਬਾ ਤਕਰੀਬਨ 1000 ਏਕੜ ਦਾ ਸੀਗਾ। ਸਾਡੇ ਬਾਬਾ ਜੀ ਜੈਲਦਾਰ ਹੁੰਦੇ ਸੀਗੇ ਪਿੰਡ ਦੇ। ਬਾਬਾ ਜੀ ਦਾ ਨਾਂ ਫਤਿਹ ਸਿੰਘ ਸੀਗਾ ਔਰ ਮੇਰੇ ਪੜਦਾਦਾ ਜੀ ਜਿਹੜੇ ਸੀਗੇ ਉਹ ਬੁੱਧੀ ਸਿੰਘ ਸੀਗੇ। ਮੈਂ 3ਜੀ ਜਮਾਤ 'ਚ ਉੱਥੇ ਪੜ੍ਹਦਾ ਰਿਹਾ। ਸਾਡੇ ਨਾਲ ਕਸਬਾ ਵੱਡਾ ਸੀਗਾ ਦਰਮਾਨ, ਉਹ ਘਰੋਟੇ ਵਰਗਾ ਪਿੰਡ ਸੀਗਾ। ਸਾਰੀਆਂ ਸੁਵਿਧਾ ਉੱਥੇ ਸੀਗੀਆਂ, ਸਾਡੇ ਪਿੰਡ 'ਚ ਕੁਛ ਨਹੀਂ ਸੀਗਾ। ਉੱਥੇ ਅਸੀਂ ਪੈਦਲ ਪੜ੍ਹਨ ਜਾਂਦੇ ਰਹੇ ਹਾਂ। ਮੈਂ 3ਜੀ ਜਮਾਤ 'ਚ ਉੱਥੇ ਸੀਗਾ ਜਦੋਂ ਪਾਕਿਸਤਾਨ ਬਣਿਆ, ਅਤੇ ਸਾਡੇ ਪਿੰਡ ਦੇ ਲਾਗੇ ਦਰਮਾਨ ਵੱਡਾ ਕਸਬਾ ਸੀਗਾ, ਗਰਮੋਲਾ ਸੀਗਾ, ਵੱਡਾ ਵੱਡਾ ਪਿੰਡ ਸੀਗਾ, ਔਰ ਡਿੰਗਾ ਸੀਗਾ, ਬਿਰੜੀ ਸੀਗੀ, ਬੜੀ ਸੀਗੀ, ਇਹ ਜਿਹੜੇ ਪਿੰਡ 'ਚ ਸਾਡੇ ਪਿੰਡ ਦੇ ਲਾਗੇ ਪੈਂਦੇ ਸੀਗੇ। ਜਦੋਂ ਸਾਨੂੰ ਪਤਾ ਲੱਗਾ ਵੀ ਹਿੰਦੂਆਂ ਨੂੰ ਇੱਥੋਂ ਜਾਣੇ ਪੈਣਾ ਹੈ, ਮੁਸਲਮਾਨ ਇੱਧਰ ਰਹਿਣਗੇ, ਸਾਨੂੰ ਖਬਰ ਮਿਲ ਗਈ, ਤਾਂ ਅਸੀਂ ਛੱਡ ਕੇ ਆਪਣਾ ਪੂਰੇ ਪਰਿਵਾਰ, 6-7 ਘਰ ਸੀਗੇ ਸਾਡੇ, ਅਸੀਂ ਰਗਾਲ ਬਾਰਡਰ ਟੱਪ ਕੇ J&K 'ਚ ਦਾਖਲ ਹੋ ਗਏ। ਕੋਈ ਸਮਾਨ ਨਹੀਂ ਅਸੀਂ ਲਿਆਂਦਾ, ਸਾਰਾ ਸਮਾਨ ਅਸੀਂ ਤਾਲੇ ਲਾ ਕੇ ਆਏ ਉੱਥੇ। ਸਾਰੀ ਜਾਇਦਾਦ, ਸਾਰੀ ਪ੍ਰਾਪਰਟੀ ਉੱਥੇ ਰਹਿ ਗਈ ਹੈ। ਉਹਦੇ ਬਾਅਦ ਰੌਲਾ ਜ਼ਿਆਦਾ ਪੈ ਗਿਆ, ਮੁੜ ਕੇ ਸਾਨੂੰ ਜਾਣ ਦਾ ਉੱਥੇ ਮੌਕਾ ਨਹੀਂ ਮਿਲਿਆ। ਅਸੀਂ ਬੜੇ ਦੁਖੀ ਹੋਏ, ਕੋਈ ਸਾਧਨ ਨਹੀਂ ਸੀ ਸਾਡੇ ਕੋਲ, ਕੋਈ ਖਾਣ ਪੀਣ ਦਾ ਸਾਧਨ ਸੀਗਾ, ਕੋਈ ਕੁਛ ਨਹੀਂ ਸੀਗਾ। ਅਸੀਂ ਬੜੇ ਮੁਸ਼ਕਲ ਨਾਲ ਦਿਨ ਕੱਟੇ ਹੈ। ਉਹਦੇ ਬਾਅਦ ਅਸੀਂ ਆਪਣੇ ਰਿਸ਼ਤੇਦਾਰ, ਰਾਜਲੀ ਪਿੰਡ ਪੈਂਦਾ J&K 'ਚ, ਆਪਣੇ ਉੱਥੇ ਸਾਡੇ ਮਾਮਾ ਜੀ ਦੇ ਮਾਮਾ ਜੀ ਸੀਗੇ, ਉਹਨਾਂ ਕੋਲ ਜਾ ਕੇ ਅਸੀਂ ਸਟੇਅ ਕੀਤਾ। ਉਹਨਾਂ ਸਾਨੂੰ ਕੋਈ 4-5 ਮਹੀਨੇ ਉੱਥੇ ਰੱਖਿਆ, ਉੱਥੇ ਅਸੀਂ ਰਹੇ। ਉਹਦੇ ਬਾਅਦ ਅਸੀਂ ਫਿਰ ਇਹ ਜਿੱਥੇ ਹੁਣ ਪਿੰਡ ਜੰਡੀ 'ਚ ਅਸੀਂ ਹੈ, ਇੱਧਰ ਇਲਾਕਾ ਅਸੀਂ ਆ ਕੇ ਦੇਖਿਆ, ਸਾਨੂੰ ਇਹ ਪਿੰਡ ਜੰਡੀ ਜਿਹੜਾ ਹੈ ਇਹ ਕੁਛ ਖਾਲੀ ਮਿਲਿਆ। ਇਹਦੇ ਵਿੱਚ ਕੱਚਾ ਜਿਹਾ ਮਕਾਨ ਸੀਗਾ ਇੱਕ ਡੰਗਰਾਂ ਵਾਲਾ, ਉਹ ਸਾਨੂੰ ਮਿਲਿਆ ਰਹਿਣ ਨੂੰ। ਅਸੀਂ ਉਹਦੇ ਵਿੱਚ ਰਿਹਾਇਸ਼ ਕੀਤੀ। ਬੜੇ ਔਖੇ ਦਿਨ ਕੱਟੇ ਹੈ, ਨਾ ਕੋਈ ਨਾਜ ਸੀਗਾ, ਨਾ ਪੈਸਾ ਧੇਲਾ ਸੀਗਾ ਸਾਡੇ ਕੋਲ, ਨਾ ਕੁਛ ਸੀਗਾ। ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਅਸੀਂ ਇੱਥੇ ਆਪਣਾ ਗੁਜ਼ਾਰਾ ਕਰਦੇ ਰਹੇ। ਉਹਦੇ ਬਾਅਦ ਸਾਰਿਆਂ ਤੋਂ ਵੱਡਾ ਪਿੰਡ ਇੱਥੇ ਹੈਗਾ ਘਰੋਟਾ, ਇੱਥੇ ਮਿਡਲ ਸਕੂਲ ਸੀਗਾ, ਉੱਥੇ ਅਸੀਂ ਪੜ੍ਹਾਈ ਸ਼ੁਰੂ ਕੀਤੀ 3ਜੀ ਕਲਾਸ 'ਤੇ। 3ਜੀ ਕਲਾਸ 'ਚੋਂ ਪੜ੍ਹਦਾ ਮੈਂ ਪਾਕਿਸਤਾਨ 'ਚੋਂ ਆਇਆ ਸੀਗਾ, ਇੱਥੇ ਮੁੜ ਕੇ 3ਜੀ ਕਲਾਸ 'ਚ ਦਾਖਲ ਹੋਇਆ। ਉਹਦੇ ਬਾਅਦ ਸਾਡੀ ਜਿਹੜੀ ਕੱਚੀ ਅਲਾਟਮੈਂਟ ਸੀਗੀ ਉਹ ਪਿੰਡ ਜੰਡੀ ਦੇ ਵਿੱਚ ਹੋਈ, ਜ਼ਮੀਨ ਦੀ ਜ਼ਮੀਨ ਸਾਨੂੰ ਇੱਥੇ 1/4 ਹਿੱਸਾ ਮਿਲੀ ਜਿੰਨੀ ਪਾਕਿਸਤਾਨ 'ਚ ਉਹਦਾ। ਉਹਦੇ ਬਾਅਦ ਫਿਰ ਸਾਡੀ ਅਲਾਟਮੈਂਟ ਇੱਥੋਂ ਕੈਂਸਲ ਹੋ ਗਈ, ਸਾਨੂੰ ਅਲਾਟਮੈਂਟ ਮਨਸੂਰਾ ਹੋਈ। ਮਨਸੂਰਾ ਪਿੰਡ ਦਰਾਂਗਲੇ ਦੇ ਨੇੜੇ ਪੈਂਦਾ ਹੈਗਾ, ਉੱਥੇ ਫਿਰ ਅਸੀਂ ਅਪੀਲ ਕੀਤੀ। ਉਹ ਅਪੀਲ ਕਰਨ ਦਾ ਕੇਸ ਲੜਿਆ, ਬੜਾ ਲੰਮਾ ਚੌੜਾ, ਉੱਥੇ ਬੜਾ ਖਰਚਾ ਹੋਇਆ। ਫਿਰ ਉਹ ਫਿਰ ਵਾਪਸ ਅਸੀਂ ਇਸ ਪਿੰਡ ਦੇ ਵਿੱਚ ਬਹਾਲ ਹੋਏ, ਸਾਨੂੰ ਫਿਰ ਇੱਥੇ ਜ਼ਮੀਨ ਮਿਲੀ। ਅਸੀਂ ਉਦੋਂ ਤੋਂ ਲੈ ਕੇ ਇੱਥੇ ਜੰਡੀ 'ਚ ਰਹਿ ਰਹੇ ਹਾਂ। ਬੜੇ ਮੁਸ਼ਕਲ ਦਿਨ ਕੱਟੇ ਦੇ ਅਸੀਂ, ਬੜੇ ਔਖੇ ਦਿਨ ਕੱਟੇ ਦੇ ਹੈ। ਹੁਣ ਜਾ ਕੇ ਥੋੜ੍ਹੇ ਜਿਹੇ ਸਾਡੇ ਪੈਰ ਲੱਗੇ ਹੈ, ਅਤੇ ਥੋੜ੍ਹੇ ਜਿਹੇ ਅਸੀਂ ਆਪਣੇ ਆਪ ਨੂੰ ਸਟੇਬਲ ਸਮਝ ਰਹੇ ਹਾਂ ਹੁਣ ਇਸ ਵੇਲੇ। ਛੋਟੇ ਸਕੂਲ 'ਚ ਮੈਂ 3ਜੀ ਜਮਾਤ 'ਚ ਪੜ੍ਹਾਈ ਸ਼ੁਰੂ ਕੀਤੀ ਸੀ, 4ਥੀ ਜਮਾਤ 'ਚ ਅਸੀਂ ਵਜ਼ੀਫਾ ਲਿਆਂਦਾ ਪਠਾਨਕੋਟ ਤਹਿਸੀਲ 'ਚੋਂ, 7 ਦੇ 7 ਵਜ਼ੀਫੇ ਜਿੱਤ ਕੇ ਲਿਆਂਦੇ। ਉਹਦੇ ਬਾਅਦ ਇੰਗਲਿਸ਼ ਇੱਥੇ ਚਾਲੂ ਹੋਈ ਘਰੋਟੇ ਸਕੂਲ 'ਚ। ਮੈਂ 8ਵੀਂ ਤੱਕ ਇੱਥੇ ਪੜ੍ਹਿਆ ਹੈਗਾ। 8ਵੀਂ ਪਾਸ ਕਰਨ ਤੋਂ ਬਾਅਦ ਮੈਂ ਦੀਨਾਨਗਰ ਆਰੀਆਈ ਸਕੂਲ 'ਚ ਪੜ੍ਹਿਆ, 10ਵੀਂ ਉੱਥੇ ਕੀਤੀ ਹੈ। ਉਹਦੇ ਬਾਅਦ 1956 'ਚ ਮੈਂ ਫੌਜ 'ਚ ਭਰਤੀ ਹੋ ਗਿਆ, ਉੱਥੋਂ ਕੈਪਟਨ ਰੈਂਕ ਲੈ ਕੇ ਆਇਆ। 1987 'ਚ ਮੈਂ ਰਿਟਾਇਰ ਹੋਇਆ। ਉਸ ਸਮੇਂ ਖੇਡਾਂ ਕਿਸ ਤਰ੍ਹਾਂ ਦੀਆਂ ਸੀ? ਉਸ ਸਮੇਂ ਖੇਡਾਂ ਦਿਹਾਤੀ ਖੇਡਾਂ ਹੁੰਦੀਆਂ ਸੀਗੀਆਂ। ਉਹ ਕਿਤੇ ਉਹ ਗੁੱਲੀ ਡੰਡਾ ਖੇਡ ਲਿਆ, ਕਿਤੇ ਇੱਕ ਖਿੱਦੂ ਜਿਹਾ ਬਣਾ ਕੇ ਲੋਕ ਉਹਨੂੰ ਖੇਡਦੇ ਹੁੰਦੇ, ਗੋਲਗੱਪ ਪਾ ਲਿਆ। ਬਾਕੀ ਕੋਈ ਖੇਡ ਦੇ ਸਾਧਨ ਨਹੀਂ ਸੀ ਉਦੋਂ, ਸਾਦਾ ਜੀਵਨ ਸੀਗਾ। ਆਪੇ ਲੋਕਾਂ ਨਾਲ ਪਿਆਰ ਮੁਹੱਬਤ ਹੁੰਦਾ ਸੀਗਾ, ਇੱਕ ਦੂਜੇ ਨਾਲ ਚੰਗੇ ਵਿਚਰਦੇ ਸੀਗੇ, ਜਿਹੜਾ ਕਿ ਅੱਜ ਦੇ ਸਮੇਂ 'ਚ ਬਿਲਕੁਲ ਖਤਮ ਹੋ ਗਿਆ। ਅੱਜ ਕੱਲ੍ਹ ਨਾ ਕਿਸੇ ਦਾ ਕੋਈ ਮਾਣ ਸਤਿਕਾਰ ਰਿਹਾ, ਨਾ ਕੋਈ ਇੱਜ਼ਤ ਰਹੀ ਹੈ, ਨਾ ਕਿਸੇ ਨਾਲ ਕੋਈ ਪਿਆਰ ਰਿਹਾ। ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ। ਉਹ ਜੀਵਨ ਜ਼ਰੂਰ ਸਾਦਾ ਸੀਗਾ, ਚੰਗਾ ਖਾਣ ਪੀਣ ਸੀਗਾ, ਸਭ ਕੁਝ ਠੀਕ ਸੀਗਾ। ਸਿਰਫ ਇਹ ਹੈ ਕਿ ਅੱਜ ਲੋਕਾਂ ਕੋਲ ਪੈਸਾ ਜ਼ਿਆਦਾ ਹੋ ਗਿਆ ਔਰ ਹਰ ਫੈਸਿਲਿਟੀ ਮਿਲੇ ਕਰਦੀ ਹੈ। ਉਹਦੇ ਨਾਲ ਨਾਲ ਸਾਰੇ ਲੋਕ ਜਿਹੜੇ ਉਹ ਮੁਹੱਬਤ ਪਿਆਰ ਜਿਹੜਾ ਉਹ ਖਤਮ ਕਰ ਗਏ ਨੇ, ਕਿਸੇ ਨਾਲ ਕੋਈ ਸਾਂਝ ਨਹੀਂ ਹੈ ਕਿਸੇ ਦੀ ਵੀ ਅੱਜ ਕੱਲ੍ਹ।
कि तुहानूं मौका मिले ते तुसीं अपनी जन्म भूमि जाना चाहोगे? मैं एक बारी 1971 की लड़ाई के बेच नैनेकोट सीगा, उतों उस इलाके च मैं सारे फिर के आया। मैं अपना पिंड भी देखा आ, सारिया जगह भी देखा आ। और सारिया जगह जड़िया ने बड़िया तब्दील हो गए, बड़िया बदलियां आ गई, उन्हें भी भन तोड़ हो गई है। फिर भी मैं पछाण ली आई अपन जगह, अपनी रहायश देख ली। साडा पिंड जिहड़ा नवा पिंड सीगा उहदे लागे सिर्फ दरमान एक कस्बा पैंदा सीगा, बाकी कोई वड्डा पिंड नहीं सीगा।